ਪਿਛਲੀ ਸਰਕਾਰ ਵੱਲੋਂ ਪਿੰਡ ਭਮਾਰਸਰੀ ਜੇਰ ਵਿਖੇ ਪਿੰਡ ਵਿੱਚ 48 ਲੱਖ ਦੀ ਲਾਗਤ ਨਾਲ ਇੱਕ ਸ਼ਾਨਦਾਰ ਮੈਰਿਜ ਪੈਲੇਸ ਬਣਾਇਆ ਗਿਆ ਸੀ। ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਮੈਰਿਜ ਪੈਲੇਸ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਸ ਪੈਲੇਸ ਦਾ ਜਾਇਜ਼ਾ ਲੈਣ ਲਈ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਮੌਕੇ ਤੇ ਪੁੱਜੇ ਤੇ ਉਹਨਾਂ ਬੋਲਦੇ ਦੱਸਿਆ ਕਿ ਮੈਰਿਜ ਪੈਲੇਸ ਉੱਤੇ 48 ਲੱਖ ਦੇ ਕਰੀਬ ਖਰਚਾ ਹੋਇਆ ਹੈ। ਮੈਰਿਜ ਪੈਲੇਸ ਬੜਾ ਸ਼ਾਨਦਾਰ ਬਣਿਆ, ਨਾਲ ਹੀ ਇੱਕ ਵੱਡੀ ਪਾਰਕ ਬਣੀ ਹੋਈ ਹੈ। ਉਹਨਾਂ ਕਿਹਾ ਸਬੰਧਤ ਅਧਿਕਾਰੀ ਨੇ ਇਸ ਮੈਰਿਜ ਪੈਲੇਸ ਉੱਤੇ ਬਿਜਲੀ ਦਾ यंत्र नहीं लगाया। जे उन्हें आसमानी बिजली यंत्र लगाया हुंदा तां आसमानी बिजली इस मैरिज पैलेस का नुकसान नहीं कर सकती सी। उन्हें कहा कि संबंधित अधिकारी ते बनती कार्रवाई की जाएगी। फतेहगढ़ साहिब तो जतिंदर सिंह राठौर की रिपोर्ट, अजीत वैब टीवी। साडे पिंड मैरिज पैलेस दे विच आसमानी बिजली गिरन करके बहुत बड़ा नुकसान हो गया, जो कि 48 लाख की लागत नाल बनिया हुआ सी। जेकर कोई व्यक्ति इत्थे पिया हुंदा तां जानी नुकसान भी हो सकता। अच्छा, जे दिन च गिरदी बिजली फिर तां बंदे हुंदे ने। हाँ, फिर तां वाधा नुकसान होना सी। ठीक है जी, की मंग करते हो प्रशासन सरकार तो? ये दुबारे मरम्मत करा के उह जी बनाउण वास्ते असीं नहीं इत्थे जिहड़े घाट रह गई बिजली दा यंत्र नहीं लग्या, ये तां प्रशासन ने जेई ने लवाउणा सी इत्थे। हाँ जी, हाँ जी, ओ जे ओ लग्या हुंदा फिर तां नुकसान होना। नुकसान नहीं जी। होर की अपील करते हो लोकां नूं जिहड़े पैलेस बने हुए ने जां वड्डियां कोठियां ने, की अपील करते हो? टेक्निकल नाल ਐਵੇਂ ਜਾਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਕਹਿੰਦੇ ਵੀ ਬਿਜਲੀ ਵਾਲਾ ਯੰਤਰ ਜ਼ਰੂਰ ਲਵਾਉਣ, ਇਹਦਾ ਕੋਈ ਨੁਕਸਾਨ ਨਾ ਹੋ। ਅਸੀਂ ਭਮਾਰਸੀ ਜੇਲ੍ਹ ਵਿਖੇ ਖੜੇ ਆ। ਇੱਥੇ ਗ੍ਰਾਮ ਪੰਚਾਇਤ ਵੱਲੋਂ ਇੱਕ ਮੈਰਿਜ ਪੈਲੇਸ ਬਣਾਇਆ ਗਿਆ ਸੀ ਔਰ ਕੱਲ ਰਾਤ ਅਸਮਾਨੀ ਬਿਜਲੀ ਉੱਥੇ ਡਿੱਗੀ ਤੇ ਬਹੁਤ ਬੜਾ ਨੁਕਸਾਨ ਹੋਇਆ। ਮੈਂ ਸਰਪੰਚ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਜਿਹੜਾ ਜੀ ਸਾਹਿਬ ਆ ਉਹਨਾਂ ਨੂੰ ਵੀ ਜਿਹੜਾ ਇਹ ਇਲਮ ਹੋਣਾ ਚਾਹੀਦਾ ਸੀ ਕਿ ਜਿੱਥੇ ਇੰਨੇ ਪੈਸੇ ਦਾ ਲੋਕਾਂ ਦੇ ਪੈਸੇ ਨਾਲ ਮੈਰਿਜ ਪੈਲੇਸ ਬਣਦੇ ਉੱਥੇ ਬਿਜਲੀ ਗਿਰਨ ਦਾ ਜਿਹੜਾ ਇੰਸਟਰੂਮੈਂਟ ਆ ਲਵਾਉਣਾ ਚਾਹੀਦਾ ਸੀ। ਤੇ ਇਹਦੀ ਅਸੀਂ ਪੂਰੀ ਜਿਹੜੀ ਵੀਡੀਓ ਆਫਿਸ ਨਾਲ ਗੱਲ ਕਰਕੇ ਜੇਈ ਹੈ ਜਿਹੜਾ ਜਵਾਬਦੇਹੀ ਬਣਾਵਾਂਗੇ ਔਰ ਜਿਹੜਾ ਮੈਰਿਜ ਪੈਲੇਸ ਦਾ ਨੁਕਸਾਨ ਹੋਇਆ ਇਹ ਗ੍ਰਾਮ ਪੰਚਾਇਤ ਨਾਲ ਮਿਲ ਕੇ ਅਸੀਂ ਦੁਬਾਰਾ ਇਹ ਮੈਰਿਜ ਪੈਲੇਸ ਨੂੰ ਠੀਕ ਕਰਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।